ਅਤੇ ਭਾਅ ਜੀ ਮੈਨੂੰ ਇਹਦੀ ਫੋਟੋ ਸ਼ੋ ਹੋਈ, ਮੈਂ ਮੈਸੇਜ ਕਰਤਾ ਇਹਨੂੰ, ਤੇ ਕਿ ਇੱਦਾਂ ਲੱਗਾ ਕਿ ਰੱਬ ਨੇ ਆਹ ਕੁੜੀ ਮੇਰੇ ਲਈ ਬਣਾਈ ਆ। ਤੇ ਬਸ ਫਿਰ ਗੱਲਾਂ ਹੁੰਦੀਆਂ ਗਈਆਂ ਹੁੰਦੀਆਂ ਗਈਆਂ, ਦੇ ਕਿਤੇ ਨੇ ਆਉਣਾ ਹੀ ਨਹੀਂ, ਤੈਨੂੰ ਉੱਲੂ ਬਣਾਇਆ ਜਾ ਰਿਹਾ, ਤੇਰੇ ਨਾਲ ਧੋਖਾ ਹੋ ਜਾਣਾ, ਬਚ ਕੇ ਰਹੀ, ਨਹੀਂ ਆਉਣਾ ਉਹਨੇ। ਮੈਂ ਕਿਹਾ ਉਹ ਆਊਗੀ, ਜ਼ਰੂਰ ਆਊਗੀ, ਜ਼ਰੂਰ ਆਊਗੀ, ਮੈਨੂੰ ਪੂਰਾ ਯਕੀਨ ਸੀ ਇਹਦੇ 'ਤੇ, ਇਹਨੇ ਜ਼ਰੂਰ ਆਉਣਾ ਹੀ ਆਉਣਾ ਆ। ਅਤੇ ਇੱਥੇ ਮੇਰੇ ਕੋਈ ਰਿਸ਼ਤੇਦਾਰ ਵੀ ਨਹੀਂ ਮੰਨਦਾ ਸੀ, ਜਿਹਨੂੰ ਅਸੀਂ ਦੱਸਦੇ ਸੀ ਕਿ ਇੱਦਾਂ, ਕਹਿੰਦੇ ਨਹੀਂ ਨਹੀਂ ਤੂੰ ਚੱਕਰਾਂ 'ਚ ਨਾ ਫਸਦੀ, ਤੈਨੂੰ ਦੀਨ ਦੁਨੀਆ ਦਾ ਪਤਾ ਨਹੀਂ ਹੈਗਾ, ਗੋਰੀਆਂ ਬਹੁਤ ਤੇਜ਼ ਹੁੰਦੀਆਂ ਆ, ਤੇਰਾ ਫੁੱਦੂ ਖਿੱਚ ਹੋ ਜਾਣਾ। ਅਤੇ ਮੈਂ ਕਿਹਾ ਚਲੋ ਕੋਈ ਨਹੀਂ, ਜੋ ਮੇਰੀ ਕਿਸਮਤ 'ਚ ਲਿਖਿਆ ਹੋਇਆ ਉਹ ਹੋਣਾ ਹੀ ਆ। ਅਤੇ ਇਹਨੇ ਨਹੀਂ ਮੈਨੂੰ ਧੋਖਾ ਦਿੱਤਾ, ਆ ਗਈ। ਕੋਈ 1.5 ਸਾਲ ਸਾਡੀ ਗੱਲਬਾਤ ਹੋਈ ਫੇਸਬੁੱਕ 'ਤੇ, 1 ਸਾਲ 3-4 ਮਹੀਨੇ, ਤਾਂ ਉਸ ਤੋਂ ਬਾਅਦ 'ਚੋਂ ਟਿਕਟ ਕਰਵਾਈ ਇਹਦੀ, ਤਾਂ ਫਿਰ ਆ ਆਈ, ਫਿਰ ਦਿੱਲੀਓਂ ਲੈਣ ਗਏ, ਤਾਂ 8 ਦਸੰਬਰ ਨੂੰ ਸਵੇਰੇ ਪਹੁੰਚੀ ਆ ਦਿੱਲੀ ਏਅਰਪੋਰਟ। ਤਾਂ ਇਹਦੇ ਘਰ ਤੋਂ, ਇਹਦੀ ਸਿਟੀ ਮੈਕਸੀਕੋ ਵੱਡਾ ਆ ਕਾਫੀ, ਤਾਂ 10 ਘੰਟੇ ਇਹਦੇ ਘਰ ਤੋਂ ਏਅਰਪੋਰਟ ਨੂੰ ਲੱਗਦੇ ਆ, ਅਤੇ ਆ 10 ਘੰਟੇ ਦਾ ਸਫ਼ਰ ਕਰਕੇ ਏਅਰਪੋਰਟ ਤੋਂ ਗਈ, ਉੱਥੋਂ 25 ਘੰਟੇ ਦੀ ਫਲੈਟ ਇੰਡੀਆ ਦੀ ਸੀ, ਤਾਂ ਉੱਥੋਂ ਬਾਅਦ 'ਚੋਂ ਫਿਰ ਦਿੱਲੀਓਂ ਏਅਰਪੋਰਟ ਤੋਂ ਲੈ ਕੇ ਆਉਂਦਾ, ਅਤੇ ਘੱਟੋ ਘੱਟ 44-44 ਘੰਟੇ ਇਹਨੇ ਮੇਰੇ ਲਈ ਸਫ਼ਰ ਕੀਤਾ। ਕੀ ਭਾਅ ਜੀ ਯਾਰ ਆ ਗੰਦੀ, ਮੈਂ ਬਸ ਤੇਰੇ ਨਾਲ ਰਹਿਣਾ ਆ, ਤੂੰ ਚਾਹੇ ਮੇਰੇ ਨਾਲ ਤੁਰ ਕੇ ਜਾ, ਚਾਹੇ ਮੈਨੂੰ ਸਪਲੈਂਡਰ 'ਤੇ ਰਹਿ ਕੇ ਜਾ, ਚਾਹੇ ਸਾਈਕਲ 'ਤੇ ਬਿਠਾ ਕੇ ਲੈ ਜਾ, ਮੈਂ ਤੇਰੇ ਨਾਲ ਹੀ ਰਹਿਣਾ, ਮੈਂ ਖੁਸ਼ ਹਾਂ, ਬਹੁਤ ਖੁਸ਼ ਹਾਂ, ਮੈਨੂੰ ਕੁਛ ਨਹੀਂ ਚਾਹੀਦਾ ਹੁਣ। ਆ ਜਿੱਥੇ ਰਹਿੰਦੀ ਆ ਉਹਦੇ ਲਾਗੇ ਛਾਗੇ ਲੈਂਬਰਗਿਨੀਆਂ, ਜਗੁਆਰਾਂ, ਵਾਧੂ ਮੁੰਡਿਆਂ ਕੋ ਇਹਦੇ ਘਰ ਦੇ ਲਾਗੇ ਛਾਗੇ ਸਭ ਕੁਛ ਆ, ਅਤੇ ਪਰ ਆ ਖੁਸ਼ ਆ ਮੇਰੇ ਨਾਲ, ਮੈਂ ਸਪਲੈਂਡਰ 'ਤੇ ਹੀ ਘੁੰਮਦਾ, ਮੇਰੇ ਨਾਲ ਬਹਿ ਜਾਂਦੀ ਸਪਲੈਂਡਰ ਦੇ ਪਿੱਛੇ ਜੱਫੀ ਪਾ ਕੇ, ਮੇਕਅਪ ਕਰਨ ਵਾਲਾ ਆਪਣੇ ਨਾਲ ਹੀ ਲੈ ਕੇ ਆਈ ਆ। ਅਤੇ ਬਾਕੀ ਇਹਨੇ ਮੈਨੂੰ ਕਦੀ ਨਹੀਂ ਕਿਹਾ ਕਿ ਮੈਨੂੰ ਉੱਥੇ ਲੈ ਕੇ ਚੱਲ, ਉੱਥੇ ਲੈ ਕੇ ਚੱਲ, ਇਹਨੂੰ ਪਤਾ ਮੇਰਾ ਹਸਬੈਂਡ ਜੋਬ ਨਹੀਂ ਕਰਦਾ ਹੈਗਾ। ਸਤਿ ਸ਼੍ਰੀ ਅਕਾਲ, ਕੀ ਹਾਲ ਆ ਤੇਰਾ? ਠੀਕ ਆ, ਆਈ ਐਮ ਵੈਰੀ ਹੈਪੀ ਵਿਦ ਯੂ। ਆਈ ਐਮ ਵੈਰੀ ਹੈਪੀ ਵਿਦ ਮਾਈ ਹਸਬੈਂਡ, ਆਈ ਟਰੈਵਲ ਇਨ। ਮੈਂ ਕਦੀ ਸੋਚਿਆ ਹੀ ਨਹੀਂ ਸੀ ਮੇਰੇ ਨਾਲ ਕੋਈ ਕੁੜੀ ਇੰਨਾ ਪਿਆਰ ਕਰੂਗੀ। ਤੁਸੀਂ ਯਕੀਨ ਕਰਿਓ, ਇਸ ਟਾਈਮ ਮੇਰੀ ਜੇਬ 'ਚ 1 ਰੁਪਈਆ ਵੀ ਨਹੀਂ ਹੈਗਾ, ਤਾਂ ਮੇਰੇ ਨਾਲ ਬੈਠੀ ਆ, ਮੈਨੂੰ ਬੜੀ ਖੁਸ਼ੀ ਆ। ਇਹਦੀ ਕੋਈ ਡਿਮਾਂਡ ਨਹੀਂ ਹੈਗੀ, ਬਸ ਕਹਿੰਦੀ ਮੈਂ ਤੇਰੇ ਨਾਲ ਹੀ ਰਹਿਣਾ, ਤੂੰ ਮੇਰੇ ਨਾਲ ਹੀ ਰਹਿ ਬਸ। ਮੈਂ ਬਾਕੀ ਉਹ ਤਾਂ ਪਰਮਾਤਮਾ ਦਾ ਬੜਾ ਸ਼ੁਕਰ ਗੁਜ਼ਾਰ ਹਾਂ, ਮੈਂ ਕਦੀ ਸੋਚਿਆ ਨਹੀਂ ਸੀ ਰੱਬ ਮੈਨੂੰ ਇੰਨੀ ਚੰਗੀ ਕੁੜੀ ਦਊਗਾ। ਬਾਕੀ ਕਹਿੰਦੇ ਹੁੰਦੇ ਨੀਤ ਸਾਫ਼ ਆ ਤੁਹਾਡੀ, ਰੱਬ ਤੁਹਾਨੂੰ ਬਿਨਾਂ ਮੰਗੇ ਸਾਰਾ ਕੁਛ ਦਿੰਦਾ। ਹਾਂ ਭਾਅ ਜੀ, ਕਾਫ਼ੀ ਹੈਲਪ ਕਰ ਦਿੰਦੀ ਆ, ਭਾਂਡੇ ਭੁੰਡੇ ਮਾਂਝ ਲੈਂਦੀ ਆ, ਜਿੰਨਾ ਕੁ ਕੰਮ ਇਹਨੂੰ ਆਉਂਦਾ ਉੱਤੇ ਕਰ ਲੈਂਦੀ ਆ। ਘਰ ਵੀ ਇਹਨੇ, ਇਹਨੂੰ 2-4 ਵਰਕ ਆਉਂਦੇ ਆ, ਰੈਸਟੋਰੈਂਟ ਵਿੱਚ ਵੀ ਇਹਨੇ ਕੰਮ ਕੀਤਾ ਹੋਇਆ ਉੱਥੇ, ਤਾਂ ਆਪਣੇ ਹੇਅਰ ਵੇਅਰ ਕੁੜੀਆਂ ਦਾ ਤਲੂਨ ਤਲਾਨ ਦਾ ਕੰਮ ਵੀ ਕਰ ਲੈਂਦੀ ਆ, ਅਤੇ ਨਾਲ ਹੈਲਪ ਕਰਾਉਂਦੀ ਰਹਿੰਦੀ ਘਰਦਿਆਂ ਦੇ, ਮਾੜੀ ਮੋਟੀ ਜਿੰਨੇ ਕੱਪੜੇ ਕੁਪੜੇ ਧੋ ਲਏ, ਨਾਲ ਜਿੰਨਾ ਕੰਮ ਕਰਾ ਸਕਦੀ ਆ ਕਰਾਉਂਦੀ ਆ। ਬਟ ਆਈ ਲਵ ਸੋ ਮਚ ਪੰਜਾਬ, ਆਈ ਲਵ ਸੋ ਮਚ ਪੀਪਲ, ਵੈਰੀ ਫਨੀ, ਵੈਰੀ ਫਰੈਂਡਲੀ ਵਿਦ ਮੀ, ਯੈਸ, ਐਂਡ ਔਰ ਫੈਮਿਲੀ ਟੂ ਮਾਈ ਹਸਬੈਂਡ ਗਿਵ ਮੀ ਮੈਨੀ ਲਵ। ਬਾਕੀ ਮੈਂ ਇੱਕ ਦਿਨ ਸੋਚਦਾ ਸੀ, ਮੈਂ ਕਿਹਾ ਮੈਂ ਤੇਰਾ ਪਾਸਪੋਰਟ ਹੀ ਪਾੜ ਦੇਣਾ, ਅਤੇ ਨਹੀਂ ਇਹਨੇ ਇੱਦਾਂ ਹੀ ਪਾਸਪੋਰਟ ਘਰ ਹੀ ਰੱਖਿਆ ਹੋਇਆ ਮੇਰੇ, ਕਦੀ ਨਹੀਂ ਧਿਆਨ ਦਊਗੀ, ਨਹੀਂ ਤਾਂ ਕੁੜੀ ਜਿਹੜੀ ਕੁੜੀ ਬਾਹਰੋਂ ਆਈ ਹੋਵੇ ਉਹ ਆਪਣਾ ਪਾਸਪੋਰਟ ਆਪਣੀ ਜੇਬ 'ਚ ਰੱਖੂਗੀ 24 ਘੰਟੇ। ਇਹਨੇ ਆਪਣਾ ਪਾਸਪੋਰਟ ਦੇ ਘਰ ਰੱਖਿਆ ਹੋਇਆ, ਕਹਿੰਦੀ ਮੈਨੂੰ ਪਾਸਪੋਰਟ ਨਾਲ ਕੋਈ ਮਤਲਬ ਨਹੀਂ, ਮੈਨੂੰ ਬਸ ਤੂੰ ਚਾਹੀਦਾ। ਆਪਾਂ ਮੈਕਸੀਕੋ ਜਾਵਾਂਗੇ, ਹੋ ਸਕਦਾ ਆਪਾਂ ਮੈਕਸੀਕੋ ਤੋਂ ਕਿਤੇ ਹੋਰ ਚੱਲ ਜਾਈਏ। ਮੈਂ ਇੱਥੋਂ, ਮੈਂ ਕਿਹਨੂੰ ਦੱਸਿਆ ਹੋਇਆ, ਮੈਂ ਕਿਹਾ ਆਪਾਂ ਇੱਥੋਂ ਨਿਕਲਾਂਗੇ ਤਾਂ ਆਪਣੇ ਸੁਪਨੇ ਪੂਰੇ ਹੋਣੇ ਆ, ਇੱਥੇ ਮੈਂ ਕਿਹਾ ਆਪਣੇ ਸੁਪਨੇ ਨਹੀਂ ਪੂਰੇ ਹੋਣੇ, ਇੱਥੋਂ ਨਿਕਲ ਗਈ ਆਪਣੇ ਸੁਪਨੇ ਪੂਰੇ ਹੋਣੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਦੀ ਜਿਹੜੀ ਵੀਡੀਓ ਆ ਇਹ ਪਿਆਰ ਕਰਨ ਵਾਲਿਆਂ ਲਈ ਬੇਹੱਦ ਹੀ ਖਾਸ ਆ, ਅਤੇ ਉਮੀਦ ਕਰਦੇ ਹਾਂ ਤੁਸੀਂ ਪਸੰਦ ਕਰੋਗੇ ਅਤੇ ਸ਼ੇਅਰ ਜ਼ਰੂਰ ਕਰੋਗੇ। ਸਕਰੀਨ ਦੇ ਉੱਪਰ ਤੁਸੀਂ ਜਿਹੜੀ ਗੋਰੀ ਦੇਖ ਰਹੇ ਹਾਂ ਬਾਈ ਜੀ, ਇਹ ਗੋਰੀ ਹੈਗੀ ਆ ਮੈਕਸੀਕੋ ਦੀ, ਅਤੇ ਗੋਰੀ ਮੈਕਸੀਕੋ ਤੋਂ 45 ਘੰਟੇ ਦਾ ਸਫ਼ਰ ਕਰਕੇ ਪਿੰਡ ਸੰਸਾਰ ਪਰ ਜ਼ਿਲ੍ਹਾ ਜਲੰਧਰ ਦੇ ਵਿੱਚ ਬਾਈ ਮੋਨੂ ਦੇ ਨਾਲ ਵਿਆਹ ਕਰਾਉਣ ਲਈ ਸਪੈਸ਼ਲ ਆਈ ਆ। ਅਤੇ ਬਾਈ ਮੋਨੂ ਨੇ ਫੇਸਬੁੱਕ ਦੇ ਉੱਪਰ ਇੱਕ ਮੈਸੇਜ ਕੀਤਾ ਸੀ, ਅਤੇ ਉਸ ਮੈਸੇਜ ਨੇ ਬਾਈ ਮੋਨੂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਅਤੇ ਕਦੇ ਤਾਂ ਬਾਈ ਮੋਨੂ ਨੂੰ ਲੱਗਦਾ ਸੀ ਕਿ ਮੇਰਾ ਵਿਆਹ ਹੀ ਨਹੀਂ ਹੋਣਾ, ਅਤੇ ਅੱਜ ਬਾਈ ਮੋਨੂ ਨੂੰ ਯਕੀਨ ਹੀ ਨਹੀਂ ਆਉਂਦਾ ਕਿ ਮੇਰਾ ਗੋਰੀ ਦੇ ਨਾਲ ਵਿਆਹ ਹੋ ਚੁੱਕਾ ਆ। ਅਤੇ ਤੁਸੀਂ ਆਪ ਹਿਸਾਬ ਲਾ ਲਓ, ਇੱਕ ਮਿਡਲ ਕਲਾਸ ਫੈਮਿਲੀ ਦਾ ਬੰਦਾ ਜਦੋਂ ਸਪਲੈਂਡਰ ਮੋਟਰਸਾਈਕਲ 'ਤੇ ਪਿੱਛੇ ਬਿਠਾ ਕੇ ਗੋਰੀ ਨੂੰ ਪਿੰਡ ਦੇ ਵਿੱਚ ਗੇੜੀ ਮਾਰਦਾ ਹੋਊ, ਤਾਂ ਕਿਨ੍ਹਾਂ ਕਿਨ੍ਹਾਂ ਦੀ ਹੈਕ ਦੇ ਉੱਪਰ ਸੱਪ ਲਟਦੇ ਹੋਣਗੇ, ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹਾਂ। ਹੱਥ ਭਾਅ ਜੀ ਕਹਿੰਦੇ ਹੁੰਦੇ ਰੱਬ ਬਿਨਾਂ ਮੰਗੇ ਹੀ ਸਾਰਾ ਕੁਛ ਦੇ ਦਿੰਦਾ ਹੁੰਦਾ, ਜੇ ਤੁਹਾਡੀ ਨੀਤ ਸੱਚੀ ਆ, ਤੁਹਾਡਾ ਦਿਲ ਸਾਫ਼ ਆ, ਅਤੇ ਬਿਨਾਂ ਮੰਗੇ ਹੀ ਸਭ ਕੁਛ ਮਿਲ ਜਾਂਦਾ ਹੈ। ਹੱਥ ਭਾਅ ਜੀ ਫੇਸਬੁੱਕ 'ਤੇ ਇੱਕ ਮੈਸੇਜ ਕੀਤਾ ਸੀ, ਅਤੇ ਉਹ ਮੈਸੇਜ ਨੇ ਰਿਪਲਾਈ ਨੇ ਮੇਰੀ ਜ਼ਿੰਦਗੀ ਬਦਲਤੀ, ਅਤੇ ਮੈਨੂੰ ਮੇਰਾ ਸੱਚਾ ਪਿਆਰ ਮਿਲ ਗਿਆ। ਠੀਕ, ਉਦੋਂ ਭਾਅ ਜੀ ਇਹ 8 ਦਸੰਬਰ ਨੂੰ ਸਵੇਰੇ ਪਹੁੰਚੇ ਸੀਗੇ ਇੰਡੀਆ, 8 ਦਸੰਬਰ ਤੋਂ ਲੈ ਕੇ ਹੁਣ 15-16 ਫਰਵਰੀ ਹੋ ਗਈ ਆ ਨਾਲ ਹੀ ਆ। ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਰੱਬ ਨੇ ਮੇਰੇ ਲਈ ਇੰਨੀ ਚੰਗੀ ਕੁੜੀ ਬਣਾਈ।
ਮੈਂ ਬਹੁਤ ਖੁਸ਼ ਹਾਂ ਇਹਦੇ ਨਾਲ ਬਹੁਤ ਜ਼ਿਆਦਾ। ਡੇਢ ਕੁ ਸਾਲ ਸਾਡੀ ਗੱਲਬਾਤ ਚੱਲੀ ਤਾਂ ਉਸ ਤੋਂ ਬਾਅਦ 'ਚੋਂ ਆਏ ਇੰਡੀਆ। ਹਾਂਜੀ ਭਾਅ ਜੀ ਮੇਰਾ ਵਿਆਹ ਹੋ ਗਿਆ। ਆਹੀ ਬਾਤ ਚੰਗੇ ਕੰਮ ਕਰੋ, ਕਿਸੇ ਦਾ ਬੁਰਾ ਨਾ ਸੋਚੋ, ਆਪਣੇ ਨੀਤ ਅਤੇ ਦਿਲ ਸਾਫ਼ ਰੱਖੋ, ਰੱਬ ਬਿਨਾਂ ਮੰਗੇ ਸਾਰਾ ਕੁਛ ਦਿੰਦਾ। ਮਿਹਨਤ ਕਰਾਂਗੇ ਤਾਂ ਆਪਣੇ ਸਾਰੇ ਸੁਪਨੇ ਪੂਰੇ ਕਰਾਂਗੇ। I'm very, very happy with my husband in this time. The next month, 26 March, me go to Mexico. But I'm with God. Go with my husband, please. All people help me. And embassy help me. But my future with my husband, it's in Mexico. This very beautiful place for my husband. And if God give me one baby with my husband, it's good. ਮੇਰਾ ਨਾਂ ਭਾਅ ਜੀ ਮੋਨੂ, ਪੂਰਾ ਨਾਂ ਲਵਦੀਪ ਅਤੇ ਇਹਦਾ ਨਾਂ ਜੈਸਮੀਨ ਭਾਅ ਜੀ। ਬਹੁਤ ਜ਼ਿਆਦਾ ਖੁਸ਼ ਹਾਂ ਭਾਅ ਜੀ, ਮੈਂ ਜ਼ਿੰਦਗੀ 'ਚ ਕਦੀ ਇੰਨਾ ਖੁਸ਼ ਨਹੀਂ ਹੋਇਆ ਸੀ। ਮੈਨੂੰ ਬਹੁਤ ਖੁਸ਼ੀਆਂ ਦਿੱਤੀਆਂ।